ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ ਜੀ। Look,
सतनाम
ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਹੰ ਗੁਰੂ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਗੁਰੂ ਨਾਨਕ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜਨ ਬਿਗਨਨ ਕੇ ਨਾਸਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸ਼ੁਭ ਸਮਤ ਪ੍ਰਕਾਸ਼ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾਏ ਬਹੁਰੀ ਧੰਨ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਧੰਨ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਕਰ ਪੁੰਨ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਜਾਂ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਭਰ ਧਾਰ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਪੁਰਸੋਂ ਚੱਟੀ ਹੈ ਤੁਧ ਡਿਠੇ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਭਗਤ ਤੇਰੇ ਮਨ ਭਾਉਂਦੇ ਭਗਤ ਤੇਰੇ ਮਨ ਭਾਉਂਦੇ ਭਗਤ ਤੇਰੇ ਮਨ ਭਾਉਂਦੇ ਭਗਤ ਤੇਰੇ ਮਨ ਭਾਉਂਦੇ
भगत तेरे मन पाव दे, भगत तेरे मन पाव दे, भगत तेरे मन पाव दे, भगत तेरे मन पाव दे। दर सोहन कीरत गाव दे, दर सोहन कीरत गाव दे, भगत तेरे मन पाव 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 दे। नानक करमा बारे दर टो नलहनी पाव दे, भगत तेरे मन पाव दे, भगत तेरे मन पाव दे, पाव दे तेरे मन पाव दे, भगत तेरे मन पाव दे। एक मूल न बुझन आपना अनहोंदा गणाई दे, एक मूल न बुझन अपना अनहोंदा गणाई, भगत तेरे मन पाव दे, भगत तेरे मन पाव दे, भगत तेरे मन पाव दे, भगत तेरे मन पाव दे। हाँ टाड़ी का नीच जा और उत्तम जात सदाई दे, टाटी का नीच जा और उत्तम जात सताए दे, भगत तेरे मन पाव दे, भगत तेरे मन
ਮਨ ਪਾਵਦੇ ਭਗਤ ਤੇਰੇ ਮਨ ਪਾਵਦੇ ਭਗਤ ਤੇਰੇ ਮਨ ਪਾਵਦੇ ਤਿੰਨ ਮੰਗਾਂ ਜ ਤੁਜੈ ਧਿਆਏਂਦੇ ਤਿੰਨ ਮੰਗਾਂ ਜ ਤੁਜੇ ਧਿਆਏਂਦੇ ਤਿੰਨ ਮੰਗਾਂ ਜ ਤੁਜੈ ਧਿਆਏਂਦੇ ਤਿੰਨ ਮੰਗਾਂ ਜ ਤੁਜੇ ਧਿਆਏਂਦੇ ਤੇਰੇ ਮਨ ਭਾਵਦੇ ਭਗਤ ਤੇਰੇ ਮਨ ਭਾਵਦੇ ਭਗਤ ਤੇਰੇ ਮਨ ਭਾਵਦੇ ਭਗਤ ਤੇਰੇ ਮਨ ਭਾਵਦੇ ਵਾਹਿਗੁਰੂ 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 ਵਾਹਿਗੁਰੂ
ਜਿਹੜੇ ਵਾਹਿਗੁਰੂ ਵਾਹਿਗੁਰੂ ਨਾਮ ਤੇਰਾ ਧਿਆਉਂਦੇ ਨੇ ਵਾਹਿਗੁਰੂ ਰੱਬਾ ਤੈਨੂੰ ਚੰਗੇ ਲੱਗਦੇ ਜਿਹੜੇ ਵਾਹਿਗੁਰੂ ਵਾਹਿਗੁਰੂ ਨਾਮ ਤੇਰਾ ਧਿਆਉਂਦੇ ਨੇ ਰੱਬਾ ਤੈਨੂੰ ਚੰਗੇ ਲੱਗਦੇ ਓ ਜਿਹੜੇ ਵਾਹਿਗੁਰੂ ਨਾਮ ਤੇਰਾ ਧਿਆਉਂਦੇ ਨੇ ਰੱਬਾ ਤੈਨੂੰ ਚੰਗੇ ਲੱਗਦੇ ਜਿਹੜੇ ਵਾਹਿਗੁਰੂ ਵਾਹਿਗੁਰੂ ਨਾਮ ਤੇਰਾ ਧਿਆਉਂਦੇ ਨੇ ਰੱਬਾ ਤੈਨੂੰ ਚੰਗੇ ਲੱਗਦੇ ਜਿਹੜੇ ਵਾਹਿਗੁਰੂ ਵਾਹਿਗੁਰੂ ਨਾਮ ਤੇਰਾ ਧਿਆਉਂਦੇ ਨੇ ਰੱਬਾ ਤੈਨੂੰ ਚੰਗੇ ਲੱਗਦੇ ਜਿਹੜੇ ਵਾਹਿਗੁਰੂ ਵਾਹਿਗੁਰੂ ਨਾਮ ਤੇਰਾ ਧਿਆਉਂਦੇ ਨੇ ਰੱਬਾ ਤੈਨੂੰ ਚੰਗੇ ਲੱਗਦੇ ਵਾਹਿਗੁਰੂ ਵਾਹਿਗੁਰੂ ਨਾਮ ਤੇਰਾ ਧਿਆਉਂਦੇ ਨਾਮ ਤੇਰਾ ਧਿਆਉਂਦੇ ਨੇ ਰੱਬਾ ਤੈਨੂੰ ਚੰਗੇ ਲੱਗਦੇ ਜਿਹੜੇ ਵਾਹਿਗੁਰੂ ਵਾਹਿਗੁਰੂ ਨਾਮ ਤੇਰਾ ਧਿਆਉਂਦੇ ਨੇ ਨਾਮ ਤੇਰਾ ਧਿਆਉਂਦੇ ਰੱਬਾ ਤੈਨੂੰ ਚੰਗੇ ਲੱਗਦੇ ਓ ਜਿਹੜੇ ਵਾਹਿਗੁਰੂ ਵਾਹਿਗੁਰੂ ਨਾਮ ਤੇਰਾ ਧਿਆਉਂਦੇ ਨੇ ਰੱਬਾ ਤੈਨੂੰ ਚੰਗੇ ਲੱਗਦੇ ਜਿਹੜੇ ਵਾਹਿਗੁਰੂ ਵਾਹਿਗੁਰੂ ਨਾਮ ਤੇਰਾ ਧਿਆਉਂਦੇ ਨੇ ਰੱਬਾ ਤੈਨੂੰ ਚੰਗੇ ਲੱਗਦੇ ਜਿਹੜੇ ਵਾਹਿਗੁਰੂ ਵਾਹਿਗੁਰੂ ਨਾਮ ਤੇਰਾ ਧਿਆਉਂਦੇ ਨੇ ਰੱਬਾ ਤੈਨੂੰ ਚੰਗੇ ਲੱਗਦੇ ਵਾਹਿਗੁਰੂ ਵਾਹਿਗੁਰੂ ਨਾਮ ਤੇਰਾ ਧਿਆਉਂਦੇ ਨੇ ਰੱਬਾ ਤੈਨੂੰ ਚੰਗੇ ਲੱਗਦੇ ਰੱਬਾ ਤੈਨੂੰ ਜੀ ਚੰਗੇ ਲੱਗਦੇ ਰੱਬਾ ਤੈਨੂੰ ਚੰਗੇ ਲੱਗਦੇ ਓ ਰੱਬਾ ਤੈਨੂੰ ਜੀ ਚੰਗੇ ਲੱਗਦੇ ਓ ਰੱਬਾ ਤੈਨੂੰ ਜੀ ਚੰਗੇ ਲੱਗਦੇ ਰੱਬਾ ਤੈਨੂੰ ਜੀ ਚੰਗੇ ਲੱਗਦੇ ਰੱਬਾ ਤੈਨੂੰ ਜੀ ਚੰਗੇ ਲੱਗਦੇ ਆ ਰੱਬਾ ਤੈਨੂੰ ਚੰਗੇ ਲੱਗਦੇ ਰੱਬਾ ਤੈਨੂੰ ਚੰਗੇ ਲੱਗਦੇ ਓ ਰੱਬਾ ਤੈਨੂੰ ਜੀ ਚੰਗੇ ਲੱਗਦੇ ਰੱਬਾ ਤੈਨੂੰ ਜੀ ਚੰਗੇ ਲੱਗਦੇ ਚੰਗੇ ਲੱਗਦੇ ਰੱਬਾ ਤੈਨੂੰ ਜੇ ਚੰਗੇ ਲੱਗਦੇ ਜਿਹੜੇ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਨਾਮ ਤੇਰਾ ਧਿਆਉਂਦੇ ਨਾਮ ਤੇਰਾ ਧਿਆਉਂਦੇ ਰੱਬਾ ਤੈਨੂੰ ਚੰਗੇ ਲੱਗਦੇ ਵਾਹਿਗੁਰੂ ਵਾਹਿਗੁਰੂ ਨਾਮ ਤੇਰਾ ਧਿਆਉਂਦੇ ਰੱਬਾ ਤੈਨੂੰ ਚੰਗੇ ਲੱਗਦੇ ਓ ਜਿਹੜੇ ਵਾਹਿਗੁਰੂ ਨਾਮ ਤੇਰਾ ਧਿਆਉਂਦੇ ਰੱਬਾ ਤੈਨੂੰ ਚੰਗੇ ਲੱਗਦੇ ਜਿਹੜੇ ਵਾਹਿਗੁਰੂ ਨਾਮ ਤੇਰਾ ਧਿਆਉਂਦੇ ਨੇ ਰੱਬਾ ਚੰਗੇ ਲੱਗਦੇ ਜਿਹੜੇ ਵਾਹਿਗੁਰੂ ਨਾਮ ਤੇਰਾ ਧਿਆਉਂਦੇ ਨੇ ਰੱਬਾ ਤੈਨੂੰ ਚੰਗੇ ਲੱਗਦੇ ਜਿਹੜੇ ਵਾਹਿਗੁਰੂ ਨਾਮ ਤੇਰਾ ਧਿਆਉਂਦੇ ਨੇ ਰੱਬਾ ਤੈਨੂੰ ਚੰਗੇ ਲੱਗਦੇ ਤੇਰੇ ਮਨ ਭਾਵਦੇ ਦਰ ਸੋਹਣ ਕੀਰਤ ਗਾਵਦੇ ਕਰਮਾਂ ਬਾਹਰੇ ਕਰ ਟੋਨ ਲਹਿਣੀ ਤਾਵਦੇ ਬੁਝਣ ਆਪਣਾ ਅਨਹੋਦਾ ਆਪ ਗਦਾਏ ਦੇਡੀ ਨੀਚ ਜਾਤ ਹੋਰ ਉੱਤਮ ਜਾਤ ਸਦਾਏ ਦੇ ਮੰਗਾ ਜੇ ਤੁਝੇ ਤੇ ਆਏ ਦੇ ਸਤਨਾਮ ਸ਼੍ਰੀ ਵਾਹਿਗੁਰੂ ਪਰਮ ਸਤਿਕਾਰ ਜੋ ਗੁਰੂ ਕੀ ਸਾਜੀ ਅਤੇ ਨਿਵਾਜੀ ਸਾਧ ਸੰਗੇ ਜੀ ਪਿੰਡ ਤਲਵੰਡੀ ਦਸੰਦਾ ਸਿੰਘ ਗੁਰਦੁਆਰਾ ਧੰਨ ਧੰਨ ਬਾਬਾ ਰਾਜਾ ਰਾਮ ਜੀ ਧੰਨ ਧੰਨ ਬਾਬਾ ਰਾਜਾ ਰਾਮ ਜੀ ਦੇ ਪ੍ਰਗਟ ਪ੍ਰਕਾਸ਼ ਦਿਨ ਦਾ ਇਹ ਮਹਾਨ ਸਮਾਗਮ ਕਈ ਦਿਨਾਂ ਤੋਂ ਸ੍ਰੀ ਅਖੰਡ ਪਾਠ ਸਾਹਿਬਾਂ ਦੀ ਲੜੀ ਦੇ ਰੂਪ ਦੇ ਵਿੱਚ ਮਨਾਉਣਾ ਪ੍ਰਾਰੰਭ ਹੋਇਆ ਹੈ। ਅੱਜ ਸੰਪੂਰਨਤਾਈ ਬੜੀ ਕਿਰਪਾ ਹੋਈ, ਬਹੁਤ ਸਾਰੇ ਨਾਮਵਰ ਜਥਿਆਂ ਨੇ ਸਟੇਜ ਤੋਂ ਗੁਰਮਤ ਵਿਚਾਰਾਂ ਦੇ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਸਤਸੰਗ ਜੀ, ਗੁਰੂ ਪੰਥ ਖਾਲਸਾ ਪੰਜ ਪਿਆਰੇ ਸਾਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾਈ ਹੈ ਪਹੁੰਚੇ ਨੇ, ਜੀ ਆਇਆਂ ਜੀ ਆਇਆਂ ਜੀ ਆਇਆਂ ਬੋਲੇ ਸੋ ਨਿਹਾਲ ਸ੍ਰੀ ਅਕਾਲ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੂੰ ਕਰੋ ਨਿਵਾਸ ਗੁਰੂ ਪੰਥ ਖਾਲਸਾ ਪੰਜ ਪਿਆਰੇ ਸਾਹਿਬਾਂ ਦੇ ਅਦਬ ਸਤਿਕਾਰ ਦੇ ਵਿੱਚ ਸੰਗਤ ਵੱਲੋਂ ਜੀ ਆਇਆਂ ਜੀ ਆਇਆਂ ਜੀ ਆਇਆਂ ਜੀ ਆਇਆਂ ਨੂੰ 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 ਗੱਲ ਕੀ ਧਰਦੇ ਜਾਇਆਂ ਨੂੰ ਗੱਲ ਕੀ ਧਰਦੇ ਜਾਇਆਂ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ ਕਲਗੇ ਹਰਦੇ ਜਾਇਆ ਨੂੰ ਕਲਗੇ ਹਰਦੇ ਆਇਆ ਨੂੰ ਜੀ ਆਇਆ ਨੂੰ ਜੇ ਆਇਆ ਨੂੰ ਜੀ ਆਇਆ ਨੂੰ ਜੇ ਆਇਆ
ਕਲਗੀ ਧਰਦੇ ਜਾਇਆ ਨੂੰ, ਕਲਗੀ ਧਰਦੇ ਜਾਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਕਲਗੀ ਧਰਦੇ ਜਾਇਆ ਨੂੰ, ਕਲਗੀ ਧਰਦੇ ਜਾਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਕਲਗੀ ਧਰਦੇ ਜਾਇਆ ਨੂੰ, ਕਲਗੀ ਧਰਦੇ ਜਾਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਕਲਗੀ ਧਰਦੇ ਜਾਇਆ ਨੂੰ, ਕਲਗੀ ਧਰਦੇ ਜਾਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਕਲਗੀ ਧਰਦੇ ਜਾਇਆ ਨੂੰ, ਕਲਗੀ ਧਰਦੇ ਜਾਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਕਲਗੀ ਧਰਦੇ ਜਾਇਆ ਨੂੰ, ਕਲਗੀ ਧਰਦੇ ਜਾਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਓ ਕਲਗੀ ਧਰਦੇ ਜਾਇਆ ਨੂੰ, ਕਲਗੀ ਧਰਦੇ ਜਾਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਕਲਗੀ ਧਰਦੇ ਜਾਇਆ ਨੂੰ, ਕਲਗੀ ਧਰਦੇ ਜਾਇਆ ਨੂੰ, ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਜੀ ਆਇਆ ਨੂੰ, ਵਿੱਚ ਖਾਲਸੇ ਨਿਵਾਸ ਮੇਰਾ ਰਹਿੰਦਾ, ਮੇਰਾ ਹੀ ਹੈ ਰੂਪ ਖਾਲਸਾ, ਵਿੱਚ ਖਾਲਸੇ ਨਿਵਾਸ ਮੇਰਾ ਰਹਿੰਦਾ, ਮੇਰਾ ਹੀ ਹੈ ਰੂਪ ਖਾਲਸਾ, ਖਾਲਸੇ ਨਿਵਾਸ ਮੇਰਾ ਰਹਿੰਦਾ, ਮੇਰਾ ਹੀ ਹੈ ਰੂਪ ਖਾਲਸਾ, ਵਿੱਚ ਖਾਲਸੇ ਨਿਵਾਸ ਮੇਰਾ ਰਹਿੰਦਾ, ਮੇਰਾ ਹੀ ਹੈ ਰੂਪ ਖਾਲਸਾ, ਵਿੱਚ ਖਾਲਸੇ ਨਿਵਾਸ ਮੇਰਾ ਰਹਿੰਦਾ ਹੈ, ਮੇਰਾ ਹੀ ਹੈ ਰੂਪ ਖਾਲਸਾ, ਵਿੱਚ ਖਾਲਸੇ ਨਿਵਾਸ ਮੇਰਾ ਰਹਿੰਦਾ ਹੈ, ਮੇਰਾ ਹੀ ਹੈ ਰੂਪ ਖਾਲਸਾ, ਵਿੱਚ ਖਾਲਸੇ ਨਿਵਾਸ ਮੇਰਾ ਰਹਿੰਦਾ, ਮੇਰਾ ਹੀ ਹੈ ਰੂਪ ਖਾਲਸਾ, ਖਾਲਸੇ ਨਿਵਾਸ ਮੇਰਾ ਰਹਿੰਦਾ, ਮੇਰਾ ਹੀ ਹੈ ਰੂਪ ਖਾਲਸਾ, ਖਾਲਸੇ ਨਿਵਾਸ ਮੇਰਾ ਰਹਿੰਦਾ, ਮੇਰਾ ਹੀ ਹੈ ਰੂਪ ਖਾਲਸਾ, ਵਿੱਚ ਖਾਲਸੇ ਨਿਵਾਸ ਮੇਰਾ ਰਹਿੰਦਾ, ਮੇਰਾ ਹੀ ਹੈ ਰੂਪ ਖਾਲਸਾ, ਖਾਲਸੇ ਨਿਵਾਸ ਮੇਰਾ ਰਹਿੰਦਾ ਹੈ, ਮੇਰਾ ਹੀ ਹੈ ਰੂਪ ਖਾਲਸਾ, ਵਿੱਚ ਖਾਲਸੇ ਨਿਵਾਸ ਮੇਰਾ ਰਹਿੰਦਾ ਹੈ, ਮੇਰਾ ਹੀ ਹੈ ਰੂਪ ਖਾਲਸਾ, ਬਾਜਾਂ ਵਾਲੇ ਦਾ ਸਰੂਪ ਪੰਥ ਖਾਲਸਾ, ਦਰਸ਼ਨ ਕਰ ਦੋ ਭਾਗਾਂ ਵਾਲਿਓ, ਬਾਜਾਂ ਵਾਲੇ ਦਾ ਸਰੂਪ ਪੰਥ ਖਾਲਸਾ, ਦਰਸ਼ਨ ਕਰ ਲੋ ਕਰਮਾਂ ਵਾਲਿਓ, ਬਾਜਾਂ ਵਾਲੇ ਦਾ ਸਰੂਪ ਪੰਥ ਖਾਲਸਾ, ਦਰਸ਼ਨ ਕਰ ਲੋ ਭਾਗਾਂ ਵਾਲਿਓ, ਬਾਜਾਂ ਵਾਲੇ ਦਾ ਸਰੂਪ ਪੰਥ ਖਾਲਸਾ, ਦਰਸ਼ਨ ਕਰ ਲੋ ਭਾਗਾਂ ਵਾਲਿਓ, ਵਾਲੇ ਦਾ ਸਰੂਪ ਪੰਥ ਖਾਲਸਾ, ਦਰਸ਼ਨ ਕਰ ਲੋ ਭਾਗਾਂ ਵਾਲਿਓ, ਬਾਜਾਂ ਵਾਲੇ ਦਾ ਸਰੂਪ ਪੰਥ ਖਾਲਸਾ, ਦਰਸ਼ਨ ਕਰ ਲੋ ਭਾਗਾਂ ਵਾਲਿਓ, ਦਰਸ਼ਨ ਕਰ ਲੋ ਜੀ ਕਰਮਾਂ ਵਾਲੇ, ਦਰਸ਼ਨ ਕਰ ਲੋ ਭਾਗਾਂ ਵਾਲਿਓ, ਦਰਸ਼ਨ ਕਰ ਲੋ ਜੀ ਪਾਗਾਂ ਵਾਲਿਓ, ਦਰਸ਼ਨ ਕਰ ਲੋ ਜੀ ਪਾਗਾਂ ਵਾਲਿਓ, ਦਰਸ਼ਨ ਕਰ ਲੋ ਜੀ ਪਾਗਾਂ ਵਾਲਿਓ,
ਦਰਸ਼ਨ ਕਰ ਲੋ ਜੇ ਕਰਮਾ ਵਾਲਿਓ ਵਾਲੇ ਦਾ ਸਰੂਪ ਪੰਥ ਖਾਲਸਾ ਦਰਸ਼ਨ ਕਰ ਲੋ ਕਰਮਾ ਵਾਲਿਓ ਪਾਠਾਂ ਵਾਲੇ ਦਾ ਸਰੂਪ ਪੰਥ ਖਾਲਸਾ ਦਰਸ਼ਨ ਕਰ ਲੋ ਕਰਮਾ ਵਾਲਿਓ ਪਾਠਾਂ ਵਾਲੇ ਦਾ ਸਰੂਪ ਪੰਥ ਖਾਲਸਾ ਦਰਸ਼ਨ ਕਰੋ ਪਾਠਾਂ ਵਾਲਿਓ ਪਾਠਾਂ ਵਾਲੇ ਦਾ ਸਰੂਪ ਪੰਥ ਖਾਲਸਾ ਦਰਸ਼ਨ ਕਰੋ ਪਾਠਾਂ ਵਾਲਿਓ ਪਾਠਾਂ ਵਾਲੇ ਦਾ ਸਰੂਪ ਪੰਥ ਖਾਲਸਾ ਦਰਸ਼ਨ ਕਰ ਲੋ ਭਾਗਾਂ ਵਾਲਿਓ ਬਾਜਾਂ ਵਾਲੇ ਦਸ ਰੂਪ ਪੰਥ ਖਾਲਸਾ ਦਰਸ਼ਨ ਕਰ ਲੋ ਕਰਮਾ ਵਾਲਿਓ ਗੁਰੂ ਪੰਥ ਖਾਲਸਾ ਪੰਜ ਪਿਆਰੇ ਸਾਹਿਬਾਂ ਨੂੰ ਗੁਰੂ ਪੰਥ ਰੂਪ ਦੇ ਵਿੱਚ ਸਰਬੱਤ ਸਾਧ ਸੰਗਤ ਜੀ ਵੱਲੋਂ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗਭਗ 30 ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਲੈ ਕੇ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ ਸੰਗਤ ਸਤਿਗੁਰਾਂ ਦੇ ਚਰਣਾਂ ਚ ਅਰਦਾਸ ਕਰਦੀ ਹੈ ਸਤਿਗੁਰੂ ਜੀ ਜਿਹੜੇ ਇਹ ਮਾਈ ਤੇ ਭਾਈ ਅੱਜ ਆਪ ਜੀ ਦੀ ਫੁਲਵਾੜੀ ਦੇ ਮਹਾਨ ਫੁੱਲ ਖਿੜੇ ਨੇ ਕਿਰਪਾ ਕਰਨੀ ਨਿਭ ਜਾਵੇ ਸੇਵਾ ਤੇ ਸਿਮਰਨ ਕਰਦਿਆਂ ਗੁਰੂ ਪੰਥ ਖਾਲਸੇ ਦੇ ਅਨਿੱਖੜਵੇਂ ਅੰਗ ਬਣ ਕੇ ਇਹ ਗੁਰੂ ਪੰਥ ਖਾਲਸੇ ਦੀ ਸੇਵਾ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਸੇਵਾ ਕਰਦੇ ਰਹਿਣ ਸਤਿਸੰਗ ਜੀ ਪੰਜ ਪਿਆਰੇ ਸਾਹਿਬਾਂ ਨੂੰ ਸਮੁੱਚੇ ਪ੍ਰਬੰਧਕਾਂ ਵੱਲੋਂ ਜੀ ਆਇਆਂ ਵੀ ਸਮੁੱਚੇ ਪ੍ਰਬੰਧਕਾਂ ਵੱਲੋਂ ਸਿਰੋ ਪਾਓ ਬਖਸ਼ਿਸ਼ ਹੋਏ ਆ ਪੰਜ ਪਿਆਰੇ ਸਾਹਿਬਾਂ ਵੱਲੋਂ ਸਰਬੱਤ ਸਾਧ ਸੰਗਤ ਜੀ ਦੇ ਚਰਣਾਂ ਵਿੱਚ ਬੇਨਤੀ ਵੀ ਆ ਕਿ ਭਾਈ ਜਿਨ੍ਹਾਂ ਨੇ ਅੱਜ ਅੰਮ੍ਰਿਤ ਦੀ ਦਾਤ ਲੈ ਲਈ ਆ ਉਹ ਵਡਭਾਗੇ ਨੇ ਜਿਹੜੇ ਅਜੇ ਅੰਮ੍ਰਿਤ ਦੀ ਦਾਤ ਤੋਂ ਸੱਖਣੇ ਆ ਉਹ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ ਕਿਉਂਕਿ ਪੰਜ ਪਿਆਰੇ ਸਾਹਿਬਾਂ ਨੇ ਅਗਲੀਆਂ ਡਿਊਟੀਆਂ ਵਾਸਤੇ ਵੀ ਚਲੋ ਜਾਣਾ ਹੁੰਦਾ ਇਸ ਕਰਕੇ ਪੰਜ ਪਿਆਰੇ ਸਾਹਿਬਾਂ ਨੂੰ ਵਿਦਾਇਗੀ ਸਰੋਪਿਆਂ ਦੇ ਰੂਪ ਦੇ ਵਿੱਚ ਦੇ ਕੇ ਵਿਦਾਇਗੀ ਦਿੱਤੀ ਗਈ ਹੈ ਆਓ ਕੀਰਤਨ ਦਾ ਪ੍ਰਕਰਨ ਜਿੱਥੋਂ ਆਪਾਂ ਸ਼ੁਰੂ ਕੀਤਾ ਸੀ ਉਹਦੇ ਪਿਆਰ ਦੇ ਵਿੱਚ ਚੱਲੀਏ ਸਾਧ ਸੰਗਤ ਜੀ ਭਗਤ ਤੇਰੇ ਮਨ ਭਾਵਦੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਵਿੱਤਰ ਬਾਣੀ ਸਤਿਕਾਰਯੋਗ ਸਾਧ ਸੰਗਤ ਜੀ 23 ਤਰੀਕ ਨੂੰ ਇਸੇ 23 ਨੂੰ ਅੱਜ ਤੋਂ ਪੰਜਾਂ ਦਿਨਾਂ ਨੂੰ 23 ਤਰੀਕ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹ ਪਿਆਰ ਭਰਿਆ ਹੁਕਮ ਆਇਆ ਹੈ ਕਿ ਉੱਥੇ ਵੀ ਬਾਬਾ ਬੁੱਢਾ ਸਾਹਿਬ ਕੱਥੂ ਨੰਗਲ ਜਨਮ ਸਥਾਨ ਬਾਬਾ ਬੁੱਢਾ ਸਾਹਿਬ ਉੱਥੇ ਅੰਮ੍ਰਿਤ ਸੰਚਾਰ ਹੋਵੇਗਾ ਜਿਹੜੇ ਮਾਈ ਤੇ ਭਾਈ ਅੰਮ੍ਰਿਤ ਛਕਣ ਦੇ ਅਭਿਲਾਖੀ ਹੋਣ ਅੰਮ੍ਰਿਤ ਦੀ ਦਾਤ ਲੈਣ ਦੇ ਚਾਹਵਾਨ ਹੋਣ ਕੱਥੂ ਨੰਗਲ ਜਨਮ ਸਥਾਨ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਉੱਥੇ 23 ਅਕਤੂਬਰ 7 ਕੱਤਕ ਨੂੰ ਪਹੁੰਚਣ ਦੀ ਕਿਰਪਾਲਤਾ ਕਰਨਾ ਭਗਤ ਤੇਰੇ ਮਨ ਭਾਵਦੇ ਕਿਹੜੇ ਚੰਗੇ ਲੱਗਦੇ ਨੇ ਦਰ ਸੋਹਣ ਕੀਰਤ ਗਾਵਦੇ ਅੱਜ ਧੰਨ ਧੰਨ ਬਾਬਾ ਰਾਜਾ ਰਾਮ ਜੀ ਇਹਨਾਂ ਦੇ ਦਰ ਤੇ ਰੌਣਕਾਂ ਕਿਉਂ ਲੱਗੀਆਂ ਨੇ ਸਾਧ ਸੰਗਤ ਜੀ ਪਿਆਰੇ ਜੀ ਐਵੇਂ ਨਾ ਜਗਤ ਪੂਜਦਾ 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 ਪਿਆਰੇ ਜੀ
ਐਵੇਂ ਨਾ ਜਗਤ ਪੂਜਦਾ ਪਿਆਰੇ ਜੀ, ਐਵੇਂ ਨਾ ਜਗਤ ਪੂਜਦਾ ਐਵੇਂ ਨਾ ਜਗਤ ਪੂਜਦਾ ਪਿਆਰੇ ਜੀ, 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 ਐਵੇਂ ਨਾ ਜਗਤ ਪੂਜਦਾ ਜਿੰਦ ਜਾਨ ਗੁਰਾਂ ਤੋਂ ਵਾਰੀ ਬਾਬਾ, ਜਿੰਦ ਜਾਨ ਗੁਰਾਂ ਤੋਂ ਵਾਰੀ ਉਹ ਜਿੰਦ ਜਾਨ ਗੁਰਾਂ ਤੋਂ ਵਾਰੀ, ਜਿੰਦ ਜਾਨ ਗੁਰਾਂ ਤੋਂ ਵਾਰੀ, ਜਿੰਦ ਜਾਨ ਗੁਰਾਂ ਤੋਂ ਵਾਰੇ, ਜਿੰਦ ਜਾਨ ਗੁਰਾਂ ਤੋਂ ਵਾਰੇ, ਜਿੰਦ ਜਾਨ ਗੁਰਾਂ ਤੋਂ ਵਾਰੀ, ਜਿੰਦ ਜਾਨ ਗੁਰਾਂ ਤੋਂ ਵਾਰੀ, ਜਿੰਦ ਜਾਨ ਗੁਰਾਂ ਤੋਂ ਵਾਰੇ, ਜਿੰਦ ਜਾਨ ਗੁਰਾਂ ਤੋਂ ਵਾਰੇ, ਜਿੰਦ ਜਾਨ ਗੁਰਾਂ ਤੋਂ ਵਾਰੇ, ਜਿੰਦ ਜਾਨ ਗੁਰਾਂ ਤੋਂ ਵਾਰੇ ਪਿਆਰੇ ਜੀ, ਐਵੇਂ ਨਹੀਂ ਜਗਤ ਪੂਜਦਾ ਸੰਗਤ, ਐਵੇਂ ਨਹੀਂ ਜਗਤ ਪੂਜਦਾ ਪਿਆਰੇ ਜੀ, ਐਵੇਂ ਨਾ ਜਗਤ ਪੂਜਦਾ ਪਿਆਰੇ ਜੀ, ਐਵੇਂ ਨਾ ਜਗਤ ਪੂਜਦਾ ਸੰਗਤ, ਐਵੇਂ ਨਹੀਂ ਜਗਤ ਪੂਜਦਾ ਪਿਆਰੇ ਜੀ, ਐਵੇਂ ਨਹੀਂ ਜਗਤ ਪੂਜਦਾ ਬਿਨਾਂ ਭਗਤੀ ਤੋਂ ਕਿਸੇ ਦੀ ਪੂਜ ਨਹੀਂ ਹੁੰਦੀ, ਪੂਜਾ ਨਹੀਂ ਹੁੰਦੀ, ਸਤਿਕਾਰ ਨਹੀਂ ਹੁੰਦਾ, ਮਾਣ ਨਹੀਂ ਹੁੰਦਾ। ਸਾਧ ਸੰਗਤ ਜੀ, ਭਗਤੀ ਤੋਂ ਬਿਨਾਂ ਸਤਿਕਾਰ ਨਹੀਂ ਤੇ ਭਗਤੀ ਭਾਗਾਂ ਤੋਂ ਬਿਨਾਂ ਨਹੀਂ। ਧੰਨ ਧੰਨ ਬਾਬਾ ਰਾਜਾ ਰਾਮ ਜੀ, ਜਿਨ੍ਹਾਂ ਨੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਦੀਆਂ ਖਡੂਰ ਸਾਹਿਬ ਦੇ ਵਿੱਚ ਖੁਸ਼ੀਆਂ, ਧੰਨ ਗੁਰੂ ਅਮਰਦਾਸ ਮਹਾਰਾਜ ਦੀਆਂ ਸ੍ਰੀ ਗੋਇੰਦਵਾਲ ਸਾਹਿਬ ਦੇ ਵਿੱਚ ਖੁਸ਼ੀਆਂ। ਪ੍ਰਚਾਰਕ ਕਿਹਨੂੰ ਥਾਪਿਆ ਜਾਂਦਾ ਹੈ? ਜਿਹੜਾ ਸਤਿਗੁਰਾਂ ਦੇ ਮਨ ਨੂੰ ਭਾ ਜਾਵੇ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਸਿੱਖੀ ਦਾ ਪ੍ਰਚਾਰਕ ਥਾਪਿਆ। ਧੰਨ ਧੰਨ ਬਾਬਾ ਰਾਜਾ ਰਾਮ ਜੀ ਨੂੰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ, ਧੰਨ ਧੰਨ ਬਾਬਾ ਰਾਜਾ ਰਾਮ ਜੀ, ਗੁਰੂ ਨੂੰ ਸਮਰਪਿਤ, ਸਤਿਗੁਰਾਂ ਨੂੰ ਸਮਰਪਿਤ ਰਹੇ ਆ। ਬਿਨ ਨਾਮੈ ਪੂਜ ਨਾ ਹੋਈ, ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾਂ ਕੋਈ ਕਿਸੇ ਨੂੰ ਫਤਿਹ ਨਹੀਂ। ਜੇ ਬੁਲਾਉਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਗਤ ਤੇਰੇ ਮਨ ਭਾਵਦੇ, ਭਗਤੀ ਵਾਲੇ ਚੰਗੇ ਲੱਗਦੇ ਨੇ, ਬੰਦਗੀ ਵਾਲੇ ਚੰਗੇ ਲੱਗਦੇ ਨੇ। ਸਾਧ ਸੰਗਤ ਜੀ, ਜਿਨ੍ਹਾਂ ਨੇ ਬੰਦਗੀਆਂ ਕਮਾਈਆਂ ਹੋਣ ਉਹ ਸਦਾ ਸਤਿਕਾਰੇ ਜਾਂਦੇ ਨੇ, ਉਹ ਸਦਾ ਪੂਜੇ ਜਾਂਦੇ ਨੇ। ਜਿੰਨੀ ਕਿਸੇ ਦੀ ਬੰਦਗੀ ਹੈ ਉਨਾ ਹੀ ਗੁਰੂ ਘਰ ਦੇ ਵਿੱਚ ਅਦਬ ਤੇ ਸਤਿਕਾਰ ਹੈ। ਪੂਜੇ ਸਦ ਜਾਵਣਗੇ, ਸੇਵਾ ਤੇ ਸਿਮਰਨ ਵਾਲੇ, ਪੂਜੇ ਸਦ ਜਾਵਣਗੇ,
ਸੇਵਾ ਤੇ ਸਿਮਰਨ ਵਾਲੇ ਉਹ ਪੂਜੇ ਸਭ ਜਾਵਣਗੇ ਸੇਵਾ ਤੇ ਸਿਮਰਨ ਵਾਲੇ 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 ਪੂਜੇ ਸਾਧ ਜਾਵਣਗੇ ਸੇਵਾ ਤੇ ਸਿਮਰਨ ਵਾਲੇ ਪੂਜੇ ਸਾਧ ਜਾਵਣਗੇ ਸੇਵਾ ਤੇ ਸਿਮਰਨ ਵਾਲੇ ਪੂਜੇ ਸਭ 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 ਜਾਵਣਗੇ ਸੇਵਾ ਤੇ ਸਿਮਰਨ ਵਾਲੇ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਸਿਮਰਨ ਵਾਲਿਆਂ ਦੀ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਅੱਜ ਜਦੋਂ ਕਿਤੇ ਨਾਮ ਜਪਣ ਵਾਲਿਆਂ ਦੀ ਪ੍ਰੇਰਨਾ ਕੌਣ ਦਿੰਦਾ ਹੈ ਤੇ ਸਤਿਗੁਰੂ ਨੂੰ ਪੁੱਛੀਏ ਨਾ ਮਹਾਰਾਜ ਨਾਮ ਕਿਵੇਂ ਜਪਣਾ ਚਾਹੀਦਾ ਤੇ ਸਤਿਗੁਰੂ ਜੀ ਦੀ ਆਵਾਜ਼ ਆਉਂਦੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਬੋਲਦੀ ਹੈ ਸਮਝਾਉਂਦੀ ਹੈ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ ਸਤਿਯੁਗ ਵਿੱਚ ਹੋਇਆ ਧਰੂ ਭਗਤ ਜੀ ਪ੍ਰਹਿਲਾਦ ਭਗਤ ਜੀ ਕਹਿੰਦੇ ਫਿਰ ਉਹਨਾਂ ਦਾ ਜੀਵਨ ਪੜ ਲਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੇ ਕੋ ਧਰਮੀ ਪਿਆਰਾ ਪੁੱਛਦਾ ਹੈ ਮਹਾਰਾਜ ਮੈਂ ਗੁਰੂ ਪੰਥ ਖਾਲਸੇ ਦਾ ਮੈਂਬਰ ਹਾਂ ਕਲਗੀਧਰ ਪਾਤਸ਼ਾਹ ਮੈਂ ਅੰਮ੍ਰਿਤ ਦੀ ਦਾਤ ਲਈ ਆ ਮੈਂ ਪ੍ਰਣ ਕਰਦਾ ਕਿ ਜਦੋਂ ਪੰਥ ਨੂੰ ਲੋੜ ਹੋਈ ਮੈਂ ਸ਼ਹੀਦੀ ਪਾਵਾਂਗਾ ਤੇ ਕਲਗੀਧਰ ਪਾਤਸ਼ਾਹ ਜੀ ਦੀ ਆਵਾਜ਼ ਆਵੇਗੀ ਧਿਆਨ ਧਰ ਫਤਿਹਗੜ੍ਹ ਸਾਹਿਬ ਦੀ ਧਰਤੀ ਦਾ ਜਿਹੜੀਆਂ ਉਦੋਂ ਸਰਹੰਦ ਦੀਆਂ ਦੀਵਾਰਾਂ ਦੇ ਵਿੱਚ ਸਾਹਿਬਜ਼ਾਦਾ ਜੋਰਾਵਰ ਸਿੰਘ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦੀਆਂ ਪਾ ਗਏ ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਲਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਬੈਠੇ ਨੇ ਦੀਵਾਨ ਸੱਜਿਆ ਹੋਇਆ ਰਾਗੀ ਸਿੱਖ ਗੁਰੂ ਕੀ ਬਾਣੀ ਦੇ ਕੀਰਤਨ ਦੇ ਰਾਹੀਂ ਨਿਹਾਲ ਕਰ ਰਹੇ
ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਰਾਗੀ ਗੁਰਸਿੱਖਾਂ ਨੂੰ ਕਹਿੰਦੇ ਗੁਰਸਿੱਖੋ ਇਹ ਜਿਹੜਾ ਪਾਵਨ ਸ਼ਬਦ ਆਪ ਜੀ ਪੜ੍ਹ ਰਹੇ ਹੋ ਇਹ ਸ਼ਬਦ ਸੰਪੂਰਨ ਕਰਕੇ ਤੇ ਜਿਹੜਾ ਕਿ ਵਿਸਰਾਮ ਦੇ ਦਿਓ ਸੰਗਤ ਦੇ ਨਾਲ ਕੋ ਬਚਨ ਕਰਨਾ ਰਾਗੀ ਸਿੰਘਾਂ ਨੇ ਉਹ ਸ਼ਬਦ ਸੰਪੂਰਨ ਕੀਤਾ ਕੁਝ ਸਮਾਂ ਕੀਰਤਨ ਨੂੰ ਠਹਿਰਾਓ ਦੇ ਦਿੱਤਾ ਕਲਗੀਧਰ ਪਾਤਸ਼ਾਹ ਜੀ ਸਾਧ ਸੰਗਤ ਵੱਲ ਨੂੰ ਮੁੱਖ ਕਰਕੇ ਕਹਿੰਦੇ ਆ ਖਾਲਸਾ ਜੀ ਅੱਜ ਮੇਰਾ ਚਿੱਤ ਕਰਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚੋਂ ਭਗਤਾਂ ਦੀ ਬਾਣੀ ਤੇ ਭਗਤ ਕਬੀਰ ਜੀ ਦਾ ਸ਼ਬਦ ਲੈ ਕੇ ਭਗਤ ਕਬੀਰ ਜੀ ਦੀ ਕੋਈ ਨਾ ਕੋਈ ਜੀਵਨ ਦੀ ਸਾਖੀ ਸਾਨੂੰ ਸੁਣਾਓ ਸੰਗਤ ਨੂੰ ਆਖਿਆ ਸੰਗਤ ਨੂੰ ਕਹਿੰਦੇ ਸੰਗਤ ਕੋ ਸੁਣਨਾ ਗੁਰਸਿੱਖਾਂ ਨੇ ਭਗਤ ਕਬੀਰ ਸਾਹਿਬ ਜੀ ਦੀਆਂ ਮਹਿਮਾ ਕੀਤੀਆਂ ਬੀਬੀਆਂ ਭੈਣਾਂ ਵੱਲੋਂ ਬੀਬੀਆਂ ਉੱਠੀਆਂ ਕਹਿੰਦੇ ਕਲਗੀਧਰ ਪਾਤਸ਼ਾਹ ਅਸੀਂ ਵੀ ਭਗਤ ਕਬੀਰ ਜੀ ਦਾ ਕੋਈ ਸ਼ਬਦ ਸਲੋਕ ਸੁਣਾ ਕੇ ਤੇ ਕੋਈ ਬਚਨ ਕਰ ਸਕਦੇ ਹਾਂ ਕਹਿਣ ਲੱਗੇ ਠੀਕ ਆ ਬੱਚਿਆਂ ਨੇ ਸੁਣਾਇਆ ਸਭ ਨੇ ਨਿਹਾਲ ਕੀਤਾ ਹੁਣ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਭਾਈ ਮੈਂ ਅੱਜ ਧੰਨ ਧੰਨ ਭਗਤ ਕਬੀਰ ਸਾਹਿਬ ਜੀ ਦੇ ਬਚਨ ਕਿਉਂ ਸੁਣੇ ਆ ਮਹਾਰੇ ਕਿਰਪਾ ਕਰਕੇ ਦੱਸੋ ਕਹਿਣ ਲੱਗੇ ਭਗਤ ਤੇਰੇ ਮਨ ਭਾਵਦੇ ਕਹਿਣ ਲੱਗੇ ਭਗਤ ਕਬੀਰ ਸਾਹਿਬ ਜੀ ਨੂੰ ਕੱਲਾ ਕੱਲਾ ਬੱਚਾ ਜਾਣਦਾ ਸਤਿਕਾਰਦਾ ਤੇ ਪੂਜਦਾ ਉਹ ਸਮੇਂ ਹਿੰਦੁਸਤਾਨ ਦਾ ਬਾਦਸ਼ਾਹ ਕੌਣ ਸੀ ਕੋਈ ਦੱਸੇਗਾ ਬਾਦਸ਼ਾਹ ਬਾਰੇ ਕਿਸੇ ਨੂੰ ਗਿਆਨ ਨਹੀਂ ਕਲਗੀਧਰ ਪਾਤਸ਼ਾਹ ਜੀ ਕੀ ਕਹਿੰਦੇ ਕਹਿਣ ਲੱਗੇ ਭਾਈ ਮੈਂ ਬਾਦਸ਼ਾਹ ਦੇ ਨਾਲ ਨਹੀਂ ਸੀ ਜੋੜਨਾ ਮੈਂ ਤੁਹਾਨੂੰ ਭਗਤੀ ਨਾਲ ਜੋੜਨਾ ਸੀ ਭਗਤ ਕਬੀਰ ਸਾਹਿਬ ਬੇਸ਼ੱਕ ਉਹਨਾਂ ਦਾ ਪਰਿਵਾਰਕ ਜੀਵਨ ਅੱਤ ਦੀ ਗਰੀਬੀ ਦੇ ਵਿੱਚ ਨਿਭਿਆ ਕੱਪੜਾ ਬੁਣ ਕੇ ਗੁਜ਼ਰ ਗੁਜ਼ਾਰਾ ਕਰਦੇ ਰਹੇ ਭਗਤ ਕਬੀਰ ਸਾਹਿਬ ਜੀ ਕੀ ਕਹਿੰਦੇ ਆ ਕਬੀਰ ਮੇਰੀ ਜਾਤ ਕੋ ਸਭ ਕੋ ਹੱਸਣੇ ਹਾਰ ਜੁਲਾਹਾ ਬਰਾਦਰੀ ਕਹਿਣ ਲੱਗੇ ਪਰ ਉਹਨਾਂ ਨੇ ਭਗਤੀ ਕੀਤੀ ਤੇ ਭਗਤ ਕਬੀਰ ਭਗਤ ਕਬੀਰ ਭਗਤ ਕਬੀਰ ਜੀ ਦਾ ਨਾਂ ਅੱਜ ਵੀ ਰਸਨਾ ਤੇ ਹੈ ਪਰ ਬਾਦਸ਼ਾਹ ਦਾ ਨਾਂ ਭੁੱਲ ਗਿਆ ਉਹ ਭਾਈ ਉਹਨਾਂ ਨੂੰ ਦੁਨੀਆ ਭੁੱਲ ਜਾਂਦੀ ਜਿਹਨਾਂ ਰੱਬ ਦਾ ਨਾਂ ਨਾ ਜਪਿਆ ਹੋਵੇ ਜਿਹਨਾਂ ਨੇ ਪਰਿਪੂਰਨ ਪਰਮਾਤਮਾ ਦਾ ਨਾਮ ਜਪਿਆ ਹੋਵੇ ਉਹਨਾਂ ਦਾ ਭਗਤ ਕਬੀਰ ਜੀ ਵਾਂਗੂ ਨਾਮ ਰਹਿੰਦਾ ਤੇ ਕਲਗੀਧਰ ਪਾਤਸ਼ਾਹ ਭਰੇ ਦਰਬਾਰ ਵਿੱਚ ਕਹਿੰਦੇ ਖਾਲਸਾ ਜੀ ਵੱਧ ਤੋਂ ਵੱਧ ਸਿਮਰਨ ਕਰਿਆ ਕਰੋ ਵੱਧ ਤੋਂ ਵੱਧ ਭਗਤੀ ਕਮਾਇਆ ਕਰੋ ਵੱਧ ਤੋਂ ਵੱਧ ਗੁਰਬਾਣੀ ਪੜ੍ਹਿਆ ਕਰੋ ਗੁਰਬਾਣੀ ਸੁਣਿਆ ਕਰੋ ਗੁਰਬਾਣੀ ਮੰਨਿਆ ਕਰੋ ਅੱਗੇ ਟਾਈਮ ਆਗਿਆ ਨਹੀਂ ਦਿੰਦਾ ਪੜੋ ਸਮਾਪਤੀ ਹੈ ਜਿਹੜੇ ਵਾਹਿਗੁਰੂ ਨਾਮ ਤੇਰਾ ਧਿਆਉਂਦੇ ਨੇ ਰੱਬਾ ਤੈਨੂੰ ਕਹਿੰਦੇ ਲਾਗੇ ਦੇ ਜਿਹੜੇ ਵਾਹਿਗੁਰੂ ਨਾਮ ਤੇਰਾ ਧਿਆਉਂਦੇ ਨੇ ਰੱਬਾ ਤੈਨੂੰ ਚੰਗੇ ਲੱਗਦੇ ਜੀ ਉਹ ਜਿਹੜੇ ਵਾਹਿਗੁਰੂ ਨਾਮ ਤੇਰਾ ਧਿਆਉਂਦੇ ਨੇ ਰੱਬਾ ਤੈਨੂੰ ਚੰਗੇ ਲੱਗਦੇ ਜਿਹੜੇ ਵਾਹਿਗੁਰੂ ਨਾਮ ਤੇਰਾ ਧਿਆਉਂਦੇ ਨੇ ਰੱਬਾ ਤੈਨੂੰ ਚੰਗੇ ਲੱਗਦੇ ਜਿਹੜੇ ਵਾਹਿਗੁਰੂ ਨਾਮ ਤੇਰਾ ਧਿਆਉਂਦੇ ਨੇ ਰੱਬਾ ਤੈਨੂੰ ਚੰਗੇ ਲੱਗਦੇ ਜਿਹੜੇ ਵਾਹਿਗੁਰੂ ਨਾਮ ਤੇਰਾ ਧਿਆਉਂਦੇ ਨੇ ਰੱਬਾ ਤੈਨੂੰ ਚੰਗੇ ਲੱਗਦੇ ਰੱਬਾ ਤੈਨੂੰ ਜੀ
ਲੱਗਦੇ ਰੱਬਾ ਤੈਨੂੰ ਚੰਗੇ ਲੱਗਦੇ ਰੱਬਾ ਤੈਨੂੰ ਚੰਗੇ ਲੱਗਦੇ ਰੱਬਾ ਤੈਨੂੰ ਚੰਗੇ ਲੱਗਦੇ ਰੱਬਾ ਤੈਨੂੰ ਜੇ ਚੰਗੇ ਲੱਗਦੇ ਰੱਬਾ ਤੈਨੂੰ ਜੇ ਚੰਗੇ ਲੱਗਦੇ ਰੱਬਾ ਤੈਨੂੰ ਚੰਗੇ ਲੱਗਦੇ ਰੱਬਾ ਤੈਨੂੰ ਚੰਗੇ ਲੱਗਦੇ ਰੱਬਾ ਤੈਨੂੰ ਜੇ 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 ਚੰਗੇ ਲੱਗਦੇ ਵਾਹਿਗੁਰੂ ਵਾਹਿਗੁਰੂ ਨਾਮ ਤੇਰਾ ਧਿਆਉਂਦੇ ਨੇ ਰੱਬਾ ਤੈਨੂੰ ਚੰਗੇ ਲੱਗਦੇ ਵਾਹਿਗੁਰੂ ਵਾਹਿਗੁਰੂ ਨਾਮ ਤੇਰਾ ਧਿਆਉਂਦੇ ਨੇ ਰੱਬਾ ਤੈਨੂੰ ਚੰਗੇ ਲੱਗਦੇ ਜਿਹੜੇ ਵਾਹਿਗੁਰੂ ਨਾਮ ਤੇਰਾ ਧਿਆਉਂਦੇ ਨੇ ਓ ਰੱਬਾ ਤੈਨੂੰ ਚੰਗੇ ਲੱਗਦੇ ਜਿਹੜੇ ਵਾਹਿਗੁਰੂ ਨਾਮ ਤੇਰਾ ਧਿਆਉਂਦੇ ਨੇ ਰੱਬਾ ਤੈਨੂੰ ਚੰਗੇ ਲੱਗਦੇ ਜਿਹੜੇ ਵਾਹਿਗੁਰੂ ਨਾਮ ਤੇਰਾ ਧਿਆਉਂਦੇ ਨੇ ਰੱਬਾ ਤੈਨੂੰ ਚੰਗੇ ਲੱਗਦੇ ਜਿਹੜੇ ਵਾਹਿਗੁਰੂ ਨਾਮ ਤੇਰਾ ਧਿਆਉਂਦੇ ਨੇ ਰੱਬਾ ਤੈਨੂੰ ਚੰਗੇ ਲੱਗਦੇ ਭਗਤ ਤੇਰੇ ਮਨ ਪਾਵਦੇ ਦਰਸ਼ਨ ਕੀਰਤ ਗਾਵਦੇ ਕਰਮਾਂ ਬਾਹਰੇ ਦਰ ਢੋਲ ਲੈਣੇ ਧਾਵਦੇ ਭੁੱਲ ਨਾ ਬੁੱਝਣੇ ਆਪਣਾ ਅਨਹੋਂਦਾ ਆਪ ਗਣਾਏ ਦੇ ਕਾਲੀ ਕਾ ਮੀਟ ਜਾਤ ਹੋਰੇ ਉੱਤਮ ਜਾਤ ਸਦਾਏ ਦੇ ਮੰਗਾਂ ਤੁਝੇ ਆਦੇ ਦਿਨ ਮੰਗਾਂ ਤੁਝੇ ਤੇ ਆਏ ਦੇ ਬੋਲੇ ਇਤਨੀ ਕਿ ਅੱਜ ਦੀ ਸੇਵਾ ਪ੍ਰਵਾਨ ਕਰ ਲਿਓ ਸਾਧ ਸੰਗਤ ਜੀ ਸਟੇਜ ਦੇ ਉੱਤੇ ਜਿੱਥੇ ਇਸ ਸਥਾਨ ਦੇ ਮੁੱਖ ਸੇਵਾਦਾਰ ਸ਼੍ਰੀਮਾਨ ਸੰਤ ਬਾਬਾ ਦਰਸ਼ਨ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਖ ਬੈਠੇ ਹੋਏ ਨੇ ਉੱਥੇ ਗੁਰਦੁਆਰਾ ਨਾਗੀਆਣਾ ਸਾਹਿਬ ਉਦੋ ਕੇ ਉਸ ਸਥਾਨ ਦੇ ਮੁੱਖ ਸੇਵਾਦਾਰ ਸਤਿਕਾਰਯੋਗ ਸੰਤ ਬਾਬਾ ਕਵਲਜੀਤ ਸਿੰਘ ਜੀ ਨਾਗੀਆਣਾ ਸਾਹਿਬ ਵਾਲੇ ਆਏ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਅਗਲਾ ਟਾਈਮ ਕੀ ਹੈ ਸਕੱਤਰ ਸਾਹਿਬ ਸਮੇਂ ਨੂੰ ਸੁਹਾਵਣਾ ਬਣਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ